ਉਧਰ ਪੰਜਾਬ ਵਿੱਚ ਰੇਤ ਤੇ ਬਜਰੀ ਦੀਆਂ ਖੱਡਾਂ ਦੀ ਹੋਈ ਈ ਨਿਲਾਮੀ 'ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਸ਼ੂਗਰ ਮਿਲ ਦੇ ਮੁਲਾਜ਼ਮਾਂ ਵੱਲੋਂ ਲਗਾਈ ਗਈ ਕਰੋੜਾਂ ਰੁਪਏ ਦੀ ਬੋਲੀ ਤੇ ਮੰਤਰੀ ਸਾਹਿਬ ਨੇ ਸਫਾਈ ਦਿੱਤੀ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਖੱਡਾਂ ਦੀ ਕਰੋੜਾਂ ਦੀ ਬੋਲੀ ਲਗਾਉਣ ਵਾਲੇ ਉਸਦੀ ਸ਼ੂਗਰ ਮਿਲ ਦੇ ਸਾਬਕਾ ਮੁਲਾਜ਼ਮ ਨੇ। ਦਰਅਸਲ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਥਿਤ ਤੌਰ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਸ਼ੂਗਰ ਮਿਲ ਦੇ ਤਿੰਨ ਮੁਲਾਜ਼ਮਾਂ ਨੇ ਈ ਨਿਲਾਮੀ ਜ਼ਰੀਏ ਕਰੋੜਾਂ ਦੀ ਕੀਮਤ ਵਾਲੀਆਂ ਖੱਡਾਂ ਹਾਸਲ ਕੀਤੀਆਂ ਨੇ। ਹਾਲ ਹੀ ਦੇ ਵਿੱਚ ਪੰਜਾਬ 'ਚ 99 ਰੇਤ ਖੱਡਾਂ ਦੀ ਹੋਈ ਈ ਨਿਲਾਮੀ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸ਼ੂਗਰਸ ਮਿਲ ਦੇ ਤਿੰਨ ਮੁਲਾਜ਼ਮਾਂ ਨੇ ਵੱਡੀਆਂ ਵੱਡੀਆਂ ਬੋਲੀਆਂ ਲਗਾਉਂਦੇ ਹੋਏ ਰੇਤ ਦੀਆਂ ਖੱਡਾਂ ਹਾਸਲ ਕੀਤੀਆਂ। ਇਹਨਾਂ ਵਿੱਚ ਰਾਣਾ ਸ਼ੂਗਰਸ ਦੇ ਮੁਲਾਜ਼ਮਾਂ ਨੂੰ ਪਰੌਂਠੇ ਪਰੋਸਣ ਵਾਲਾ ਅਮਿਤ ਬਹਾਦਰ ਵੀ ਸ਼ਾਮਲ ਹੈ। ਅਮਿਤ ਬਹਾਦਰ ਨੇ 26.51 ਕਰੋੜ ਰੁਪਏ ਦੀ ਰੇਤ ਖੱਡ ਦੀ ਬੋਲੀ ਲਗਾਈ ਸੀ। ਪਰੌਂਠੇ ਬਣਾਉਣ ਵਾਲਾ ਇੱਕ ਸ਼ਖਸ ਕਿਵੇਂ 26 ਕਰੋੜ ਦੀ ਰੇਤ ਖਦਾਨ ਨੂੰ ਹਾਸਿਲ ਕਰ ਸਕਿਆ, ਇਹ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸੇ ਤਰ੍ਹਾਂ ਰਾਣਾ ਸ਼ੂਗਰਸ ਦੇ ਹੋਰ ਮੁਲਾਜ਼ਮ ਕੁਲਵਿੰਦਰਪਾਲ ਸਿੰਘ ਨੂੰ ਮਹਿੰਦੀਪੁਰ ਅਤੇ SBS ਨਗਰ ਵਿੱਚ 9.21 ਕਰੋੜ ਦਾ ਠੇਕਾ ਮਿਲਿਆ। ਹਾਲਾਂਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਕਿ ਠੇਕੇ ਪ੍ਰਕਿਰਿਆ ਦੇ ਤਹਿਤ ਹੋਏ ਨੇ ਅਤੇ ਇਹ ਮੁਲਾਜ਼ਮ ਪਹਿਲਾਂ ਉਹਨਾਂ ਦੇ ਇੱਥੇ ਕੰਮ ਕਰਦੇ ਸੀ। ਇਸ ਮੇਂ ਵੀ ਸੱਚਾਈ ਹੈ ਕਿ ਉਹ ਰਾਣਾ ਸ਼ੂਗਰ ਕੇ ਇੰਪਲੋਈ ਥੇ। ਅਬ ਕਿਸੀ ਇੰਪਲੋਈ ਕੋ ਕੋਈ ਜ਼ਿਆਦਾ ਤਨਖਾਹ ਦੇ ਦੇ, ਕੋਈ ਹਿੱਸਾ ਦੇ ਦੇ ਲੈ ਜਾਏ, ਤੋ ਉਸਮੇਂ ਮੈਂ ਕਿਆ ਕਰ ਸਕਤਾ ਹੂੰ। ਕੈਪਟਨ ਰੰਧਾਵਾ ਕੀ ਇਹ ਸਾਰਾ ਉਹਨੇ ਮਾਈਨਸ ਕਾ ਕੀਆ ਹੈ ਔਰ ਸਕਸੈਸਫੁਲ ਬਿਡਿੰਗ ਕਰੀ ਹੈ। ਸਭਸੇ ਜ਼ਿਆਦਾ ਪੈਸੇ ਦੇ ਕੇ ਉਹਨੇ ਬਿਡਿੰਗ ਕੰਪਟੀਸ਼ਨ ਮੇਂ ਲੀ ਹੈ। ਮੈਂ ਤੋ ਇਤਨੇ ਕਹਿ ਸਕਤਾ ਹੂੰ, ਅਮਿਤ ਵਾਜ਼ ਆਵਰ ਇੰਪਲੋਈ, ਇਸਮੇਂ ਕੋਈ ਦੋ ਰਾਏ ਨਹੀਂ ਹੈ। ਬਾਕੀ ਜੋ ਬਲਰਾਜ ਹੈ, ਬਲਰਾਜ ਵੀ, ਦੇ ਆਰ ਆਲ ਫਰੋਮ ਬਾਜਪੁਰ। ਕੈਪਟਨ ਰੰਧਾਵਾ ਇਜ਼ ਫਰੋਮ ਬਾਜਪੁਰ। ਕੋਈ ਕੈਪਟਨ ਰੰਧਾਵਾ ਕੇ ਅਮਿਤ ਜੋ ਹੈ, ਇਹ ਕੈਪਟਨ ਰੰਧਾਵਾ ਕੇ ਡਰਾਈਵਰ ਕਾ ਆਗੇ ਸੇ ਆਗੇ ਰਿਸ਼ਤੇਦਾਰ ਹੈ ਔਰ ਕੈਪਟਨ ਰੰਧਾਵਾ ਨੇ ਰਖਵਾਇਆ ਥਾ ਮੇਰੇ ਪਾਸ। ਬਲਰਾਜ ਕੈਪਟਨ ਰੰਧਾਵਾ ਕਾ ਵੀ ਰਿਸ਼ਤੇਦਾਰ ਹੈ। ਅਰੇ ਨਹੀਂ ਨਹੀਂ, ਕੁੱਕ ਕਾ ਕੰਮ ਨਹੀਂ ਕਰਤਾ ਥਾ। ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਪੱਖੀ ਹੋਈ ਹੈ। ਕਾਂਗਰਸ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਸਫਾਈ ਦੇ ਰਹੀ ਹੈ ਤਾਂ ਵਿਰੋਧੀ ਧਿਰ ਹਮਲਾਵਰ ਹੋ ਰਿਹਾ ਹੈ। ਉਹਦੇ 'ਤੇ ਬੜੇ ਧਿਆਨ ਨਾਲ ਇਸ ਚੀਜ਼ ਨੂੰ ਦੇਖਾਂਗੇ ਔਰ ਵੀ ਕੀ ਇਹੋ ਜਿਹੀ ਗੱਲ ਹੋ ਸਕਦੀ ਹੈ, ਕਿਆ ਇਜ਼ ਇਟ ਰਾਈਟ ਕਿ ਕੋਈ ਇਹੋ ਜਿਹੀ ਇਨਫੋਰਮੇਸ਼ਨ ਹੈ ਜਾਂ ਕੋਈ ਇਹੋ ਜਿਹੀ ਗੱਲਬਾਤ ਹੈ। ਸਾਨੂੰ ਲੱਗਦੀ ਨਹੀਂ ਹੈਗੀ ਕਿ ਇਹੋ ਜਿਹੀ ਕੋਈ ਗੱਲ ਹੋਏਗੀ, ਕਿ ਹੁਣ ਤੁਹਾਡੀ ਇਨਫੋਰਮੇਸ਼ਨ ਹੈ ਕਿੱਥੇ ਤੱਕ ਸਹੀ ਹੈ ਕੀ ਹੈ, ਆਪ ਮੰਤਰੀ ਜੀ ਨਾਲ ਮਿਲ ਕੇ ਇਹਦੇ ਬਾਰੇ ਗੱਲ ਕਰਾਂਗੇ। ਕਿ ਪੰਜਾਬ ਕੈਬਨਿਟ ਦੇ ਵਜ਼ੀਰ ਬੇਨਾਮੀ ਖੱਡਾਂ ਆਪਣੇ ਬਵਰਚੀਆਂ ਦੇ, ਆਪਣੇ ਕਲਰਕਾਂ ਦੇ ਨਾਂ 'ਤੇ, ਆਪਣੇ ਕੰਮ ਕਰਨ ਵਾਲਿਆਂ ਦੇ ਨਾਂ 'ਤੇ ਲੈ ਕੇ ਕਰੋੜਾਂ ਰੁਪਇਆਂ ਦੀ ਠੱਗੀ ਪੰਜਾਬ ਸਰਕਾਰ ਨਾਲ ਮਾਰ ਰਹੇ ਨੇ ਔਰ ਮੈਂ ਹੈਰਾਨ ਹਾਂ ਕਿ ਰੇਤ ਮਾਫੀਆ ਖਤਮ ਕਰਨ ਦੇ ਨਾਮ ਤੋਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਸੰਗਠਿਤ ਰੇਤ ਬਜਰੀ ਮਾਫੀਆ ਨੂੰ ਖੁਦ ਚਲਾ ਰਹੀ। ਬਹੁਤ ਦੁਖਦ ਹੈ। ਪੰਜਾਬ ਸਰਕਾਰ ਨੇ ਜੋ ਰੇਤ ਕੀ ਨਿਲਾਮੀ ਕੀ ਹੈ ਤੋ ਉਸਮੇ ਰਾਣਾ ਗੁਰਜੀਤ ਕੇ ਕੁੱਕ, ਜਿਸਕੋ ਕੁੱਕ ਬੋਲਤੇ ਹੈ, ਔਰ ਕੋਈ ਇੰਪਲਾਈਜ਼ ਹੋਰ ਹੈ 3-4, ਸਭੀ ਕੇ ਨਾਮ ਪੇ ਇਨਕੀ ਜੋ ਰੇਤੇ ਕੀ ਖੱਡੇ ਹੈ ਵੋ ਲੀ ਗਈ ਹੈ ਔਰ 20-25 ਹਜ਼ਾਰ ਤਨਖਾਹ ਲੈਣੇ ਵਾਲਾ ਆਦਮੀ ਵੋ ਕੈਸੇ 26 ਕਰੋੜ, 10 ਕਰੋੜ, 15 ਕਰੋੜ ਇਹ ਐਸੇ ਕੈਸੇ ਲੈ ਸਕਦਾ ਹੈ। ਇਸ ਕਰਕੇ ਜ਼ਰੂਰ ਇਹ ਕੈਬਨਿਟ ਮੰਤਰੀ ਜੋ ਰਾਣਾ ਗੁਰਜੀਤ ਸਿੰਘ ਹੈ ਉਹਨੇ ਬੜੀ ਧਾਂਦਲੀ ਕੀ ਹੈ। ਜ਼ਿਕਰ ਖਾਸ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਰੇਤ ਦੀਆਂ 99 ਖੱਡਾਂ ਦੀ ਮਹਿੰਗੀ ਰੇਟ 'ਤੇ ਨਿਲਾਮੀ ਕੀਤੀ ਸੀ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਮਹਿੰਗੇ ਰੇਟ 'ਤੇ ਰੇਤ ਦੀਆਂ ਖਦਾਨਾਂ ਨੂੰ ਰਾਣਾ ਸ਼ੂਗਰਸ ਮਿਲ ਦੇ ਮੁਲਾਜ਼ਮਾਂ ਨੇ ਵੀ ਹਾਸਲ ਕੀਤਾ ਹੈ। ਦਿੱਲੀ ਤੋਂ ਨਵਜੋਤ ਧਾਲੀਵਾਲ ਦੇ ਨਾਲ ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ।